ਗੁਰੂ ਰੂਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰੋਫੈਸਰ ਪੂਰਨ ਸਿੰਘ ਜੀ ਦੀ ਇਹ ਕਮੌਲਕ ਲਿਖਤ ਹੈ ਸ਼ਕੁੰਤਲਾ ਉਸ ਲਿਖਤ ਦੇ ਕੋ ਜਨ ਸ਼ਾਹ ਜੀ ਨੂੰ ਪੜ੍ਹ ਕੇ ਸੁਣਾ ਰਹੇ ਹਾਂ ਜੀ ਸਿਰਲੇਖ ਹੈ ਕੁਦਰਤ ਤੇ ਮਾਨੁਖ ਚੰਗੀਆਂ ਚੀਜ਼ਾਂ ਲਈ ਰੁਚੀ ਦਾ ਹੋਣਾ ਉਹਨਾਂ ਦਾ ਫਲ ਹੈ ਤੇ ਫਿਰ ਚੰਗੀਆਂ ਚੀਜ਼ਾਂ ਦਾ ਮਿਲਣਾ ਤੇ ਸੋਹਣੀਆਂ ਚੀਜ਼ਾਂ ਦੇ ਦੀਦਾਰ ਇਹ ਉਤਮ ਭਾਗਾਂ ਦਾ ਫਲ ਹੈ ਉਹ ਦ੍ਰਿਸ਼ਟੀ ਜਿਹੜੀ ਸੋਹਣਪ ਨੂੰ ਦੇਖ ਸਕੇ ਰਬੀਦਾਤ ਹੈ ਹਾਂਜੀ ਉਹ ਦ੍ਰਿਸ਼ਟੀ ਜਿਹੜੀ ਸੋਹਣਪ ਨੂੰ ਦੇਖ ਸਕੇ ਰਬੀਦਾਤ ਹੈ ਬੜੀ ਸਤਗੁਰਾਂ ਦੀ ਮੇਰ ਹੋਵੇ ਤਾਂ ਸੋਹਣਪ ਦੇ ਆਕਰਸ਼ਣ ਦੇ ਨੇਮ ਅੰਦਰ ਕਿਸੇ ਦਾ ਰੂਹ ਖਿੱਚਿਆ ਆਵੇ ਸਾਨੂੰ ਇਹ ਕਲਯੁਗੀ ਜ਼ਮਾਨੇ ਵਿੱਚ ਵਿਰਲਾ ਕੋਈ ਐਸਾ ਪੁਰਖ ਲੱਭਦਾ ਹੈ ਜਿਹੜਾ ਕੁਦਰਤ ਦੇ ਸੋਹਣਪ ਨੂੰ ਤੱਕ ਸਕਦਾ ਹੈ ਹਾਂਜੀ ਵਿਰਲਾ ਕੋਈ ਐਸਾ ਹੁੰਦਾ ਹੈ ਜਿਸ ਨੂੰ ਇੰਨੀ ਵਹਿਲ ਹੈ ਕਿ ਉਹ ਖਿੜੇ ਫੁੱਲਾਂ ਦੇ ਦੀਦਾਰ ਆਰਾਮ ਨਾਲ ਕਰ ਸਕੇ ਮੇਵੇ ਖਾਂਦੇ ਸਭ ਹਨ ਪਰ ਉਹ ਫਲ ਨਾਲ ਜਜ਼ਬ ਕੀਤੇ ਤੇ ਰਸ ਵਿੱਚ ਝੂਲਦਿਆਂ ਬੂਟਿਆਂ ਦੇ ਜੋਬਨ ਦੇ ਰੰਗਾਂ ਵਿੱਚ ਕੋਈ ਵਿਰਲਾ ਜਾ ਕੇ ਪ੍ਰੇਮ ਪੀਂਗਾ ਝੂੜਦਾ ਹੋ ਸਾਡੇ ਜੀਵਨ ਵੱਡੇ ਵੱਡੇ ਨਗਰਾਂ ਤੇ ਮਾੜੀਆਂ ਵਿੱਚ ਪੈ ਕੈਦੀ ਹੋ ਗਿਆ ਹਾਂਜੀ ਸਾਡਾ ਜੀਵਨ ਵੱਡੇ ਵੱਡੇ ਨਗਰਾਂ ਤੇ ਮਾੜੀਆਂ ਯਾਨੀ ਮਹਿਲਾਵਾਂ ਵਿੱਚ ਪੈ ਕੇ ਕੈਦੀ ਹੋ ਗਿਆ ਸਾਨੂੰ ਰਤਾਂ ਕੋਈ ਵੇਲ ਨਹੀਂ ਅਰਸ਼ੀ ਦੀਆਂ ਹਵਾਵਾਂ ਆਈਆਂ ਸੁਨੇਹੇ ਦੇ ਦੇ ਟਰ ਗਈਆਂ ਪਰ ਸਾਨੂੰ ਪਤਾ ਹੀ ਨਾ ਲੱਗਾ ਇਹ ਰੱਬੀ ਮਿਹਰ ਜਾਣੋ ਜੇ ਤਬੀਅਤ ਅੱਜ ਕੱਲ ਦੇ ਸਮੇਂ ਵਿੱਚ ਕਿਸੇ ਰੱਬੀ ਸੁਹਣਪ ਵੱਲ ਖਿੱਚ ਖਾਵੇ ਬੂਟੇ ਚੰਗੇ ਲੱਗਣ ਫੁੱਲ ਫਲ ਚੰਗੇ ਲੱਗਣ ਬਰਖਾ ਆਵੇ ਤੇ ਅਸੀਂ ਉਨਮਤ ਹੋ ਕੇ ਆਪ ਮੁਹਾਰੇ ਸਾਰੇ ਚੱਲ ਕੇ ਆਨੰਦ ਨ੍ਰਿਤਿਏ ਕਰਨ ਲੱਗ ਜਾਈਏ ਬਸੰਤ ਆਵੇ ਤੇ ਅਸੀਂ ਛੁੱਟੀਆਂ ਮਨਾਈਏ ਫੁੱਲਾਂ ਨਾਲ ਸਾਰੀ ਇੱਕ ਸੁਰਤਾ ਹੋਵੇ ਦਿਲ ਸਾਡਾ ਖੁਸ਼ਬੂਦਾਰ ਹੋਵੇ ਠੰਡਾ ਹੋਵੇ ਪਿਆਰ ਦੀਆਂ ਲਪਟਾਂ ਦੇਵੇ ਦਿਲ ਸਾਡਾ ਖੁਸ਼ਬੂਦਾਰ ਹੋਵੇ ਠੰਡਾ ਹੋਵੇ ਪਿਆਰ ਦੀਆਂ ਲਪਟਾਂ ਦੇਵੇ ਹਰੇ ਹਰੇ ਕਾਹਾਂ ਤੇ ਲੇਟੀਏ ਹਮਾਵੇਂ ਆਵਨ ਤੇ ਕੋਮਲ ਫੁੱਲ ਪੰਖੜੀਆਂ ਤੋੜ-ਤੋੜ ਅਸਾਂ ਉੱਪਰ ਵਰਸਾਉਣ ਸੁਗੰਧੀ ਨਾਲ ਮਸਤ ਹੋਏ ਅੱਧੇ ਖੁੱਲਤੇ ਅੱਧੇ ਮੀਟੇ ਨੈਣਾ ਨਾਲ ਅਸੀਂ ਨਿਗੇ-ਨਿਗੇ ਸੂਰਜ ਦੇ ਪ੍ਰਕਾਸ਼ ਭਰੇ ਅਨੰਤ ਨੀਲੇ ਗगनਵਲ ਤੱਕੀਏ ਤੇ ਗगन ਵਿਸ਼ਾਲਤਾ ਨਾਲ ਇੱਕ ਸੁਰ ਹੋ ਉਦਾਰਚਿਤ ਹੋਈ ਰਬ ਨੂੰ ਯਾਦ ਕਰੀਏ ਖੁਸ਼ ਹੋਈਏ ਕਿ ਸਾਡੇ ਰਬ ਨੇ ਜਗਤ ਕਿਹਾ ਸੋਹਣਾ ਬਣਾਇਆ ਹੈ ਨਿੱਕੀ ਜੀ ਤਾਂ ਸਾਡੀ ਜਿੰਦੜੀ ਹੈ ਤੇ ਉਹ ਵੀ ਰਬ ਦੀ ਸੋਨਬ ਦਾ ਭੋਰਾ ਨਾ ਹੋਵੇ ਉਹ ਵੀ ਤੂੰ ਹੀ ਤੂੰ ਹੀ ਤੂੰ ਹੈ ਕਰਦੀ ਨਿੱਕੇ ਨਿੱਕੇ ਪਰਾਂ ਉੱਪਰ ਤੁਲੀ ਹੋਈ ਇਸ ਪ੍ਰਕਾਸ਼ ਰੂਪ ਜੋਤ ਰੂਪ ਇਸ ਵਿਸਮਾਦ ਰੂਪ ਇਸ ਹਰ ਰੂਪ ਜਗਤ ਵਿੱਚ ਹਰ ਨਾਮ ਰਸਖ ਹੋ ਕੇ ਨਾ ਵਿਚਰੇ ਕਿੰਨੇ ਅਪਹਾਗ ਦੀ ਗੱਲ ਹੈ ਫਿਰ ਦੁਰਾਦਈ ਕਿ ਨਿੱਕੀ ਜਈ ਤਾਂ ਸਾਡੀ ਜਿੰਦੜੀ ਹੋਵੇ ਤੇ ਉਹ ਵੀ ਰੱਬ ਦੀ ਸੁਹਣਬ ਦਾ ਭੋਰਾ ਨਾ ਹੋਵੇ ਉਹ ਵੀ ਤੂੰ ਹੀ ਤੂੰ ਹੀ ਤੂੰ ਹੈ ਕਰਦੀ ਨਿੱਕੇ ਨਿੱਕੇ ਪਰਉ ਉਪਰ ਤੁਲੀ ਹੋਈ ਇਸ ਪ੍ਰਕਾਸ਼ ਰੂਪ ਜੋਤ ਰੂਪ ਇਸ ਵਿਸਮਾਦ ਰੂਪ ਇਸ ਹਰ ਰੂਪ ਜਗਤ ਵਿੱਚ ਹਰ ਨਾਮ ਰਸ ਖੋ ਕੇ ਨਾ ਵਿਚਰੇ ਕਿੰਨੇ ਅਪਾਗ ਦੀ ਗੱਲ ਹੈ ਸਤਿਗੁਰੂ ਮਿਹਰ ਕਰਨ ਸਾਡੀ ਅਗ ਬੁਝੇ ਅਸੀਂ ਠੰਡੇ ਹੋਈਏ ਤੇ ਸਭ ਪ੍ਰਕਾਰ ਦੀਆਂ ਅੰਦਰਲੀਆਂ ਅਗਾਂ ਬਿੰਸਨ ਤੇ ਸਾਡੇ ਨੈਣ ਬੇਹੋਸ਼ੀ ਦੀ ਘਰ ਕੀ ਵਿੱਚੋਂ ਨਿਕਲ ਖਲੋਣ ਅਸੀਂ ਇਸ ਨੀਲੇ ਗगन ਨੂੰ ਤੇ ਇਸ ਫੁੱਲਾਂ ਸਜੀ ਵੇਲਾਂ ਲਦੀ ਧਰਤੀ ਨੂੰ ਤੇ ਇਹਨਾਂ ਸੋਹਣੀਆਂ ਸੋਹਣੀਆਂ ਨੂੰ ਰਬ ਰੂਪ ਤੱਕ ਸਕੀ ਮਨੁੱਖ ਮਾਤਰ ਸਾਨੂੰ ਰੱਬੀ ਬਿਰਖ ਦੀਆਂ ਪੱਤੇ ਤੇ ਟਾਣੀਆਂ ਫੁੱਲ ਫਲ ਚੁੱਪ ਦਿਸੇ ਸਾਰੀ ਕੁਦਰਤ ਵਾਹਿਗੁਰੂ ਰੂਪ ਵਿੱਚ ਜੜ ਦਿਸੇ ਬਸ ਅਸੀਂ ਬੰਨਾਂ ਵਿੱਚ ਹਿਰਨਾ ਨਾਲ ਜਾ ਕੇ ਅਖੁੱਟ ਪਿਆਰ ਕਰ ਸਕੀਏ ਉਹ ਅਚੁੱਕ ਸਾਡੇ ਨਾਲ ਮੂਖ ਬਚਨ ਬਿਲਾਸ ਕਰ ਸਕਣ ਨੈਣਾ ਦੀ ਕਾਇਆ ਵਿੱਚ ਅਸੀਂ ਪੰਛੀਆਂ ਨਾਲ ਗਲਬਾਤ ਕਰ ਸਕੀਏ ਤੇ ਸਾਰਾ ਕੁਦਰਤ ਤੇ ਪੰਖੇਰੂਆਂ ਜਾਨਵਰਾਂ ਮਿੱਤਰਾਂ ਮੋਰਾਂ ਨਾਲ ਟੁੱਟਾ ਪਿਆਰ ਤੇ ਇਤਬਾਰ ਮੁੜ ਗੰਡਿਆ ਜਾਵੇ ਤੇ ਸਾਨੂੰ ਸਫਾ ਪਿਆ ਦਿਸੇ ਕਿ ਬਨ ਦੇ ਵਾਸੀ ਪਥਰਾਂ ਕਹਾਾਂ ਤੇ ਬਿਰਖਾਂ ਵਿੱਚ ਉਹ ਖੂਨ ਚੱਲ ਰਿਹਾ ਹੈ ਜੋ ਅਸਾਂ ਅੰਦਰ ਹੀ ਵਗ ਰਿਹਾ ਹੈ ਕਹਾ ਤੇ ਲੇਟੀਏ ਤੇ ਕਹਾ ਦਾ ਦਿਲ ਸਾਡੇ ਦਿਲ ਨਾਲ ਮਿਲ ਕੇ ਵਾਹਿਗੁਰੂ ਗਾਉਂਦਾ ਦਿਸੇ ਪੱਤਿਆਂ 'ਵਲ ਤਕੀਏ ਤਦ ਸਭ ਪੱਤੇ ਵਾਹਿਗੁਰੂ ਵਾਹਿਗੁਰੂ ਕਰਦੇ ਸਾਂਝੇ ਪਿਆਰ ਵਿੱਚ ਡੁੱਬੇ ਸਾਰੇ ਰੂਹ ਨੂੰ ਇੱਕ ਇੱਕ ਪੱਤਾ ਤੇ ਇੱਕ ਇੱਕ ਤ੍ਰਿੰਜਫੀਆਂ ਪਾਉਂਦਾ ਦਿਸੇ ਹਾਂਜੀ ਪੱਤਿਆਂ 'ਵਲ ਤਕੀਏ ਤਦ ਸਭ ਪੱਤੇ ਵਾਹਿਗੁਰੂ ਵਾਹਿਗੁਰੂ ਕਰਦੇ ਸਾਂਝੇ ਪਿਆਰ ਵਿੱਚ ਡੁੱਬੇ ਸਾਰੇ ਰੂਹ ਨੂੰ ਇੱਕ ਇੱਕ ਪੱਤਾ ਤੇ ਇੱਕ ਇੱਕ ਤ੍ਰਿੰਜਫੀਆਂ ਪਾਉਂਦਾ ਦਿਸੇ ਨਦੀਆਂ ਚਸ਼ਮੇ ਸਭ ਰੂਹ ਵਿੱਚ ਗਾਉਂਦੇ ਗਾਉਂਦੇ ਆਵਣ ਤੇ ਵਾਹਿਗੁਰੂ ਦਾ ਕੀਰਤਨ ਕਰਦੇ ਕਰਦੇ ਜੋੜੀਆਂ ਦੇ ਸ਼ਬਦ ਪੜ੍ਹਦੇ ਪੜ੍ਹਦੇ ਜਾਂ ਸਾਰੀ ਕੁਦਰਤ ਜਿਹੜੀ ਹੁਣ ਬਾਹਰ ਬਾਹਰ ਤੇ ਉਪਰੀ ਉਪਰੀ ਜਾਪਦੀ ਹੈ ਆਪਣੀ ਆਪਣੀ ਲਗਨ ਲੱਗ ਜਾਵੇ ਓਪਰਾਪਨ ਉੜ ਜਾਵੇ ਪੰਖੇਰੂ ਆਪਣੇ ਪਰਾਂ ਦੀਆਂ ਫਰਫਰਾਟਾਂ ਸਾਡੇ ਮੋਢਿਆਂ ਤੇ ਮਾਰਦੇ ਗਾਉਂਦੇ ਸਾਡੇ ਨੈਣਾਂ ਦੀ ਨੀਰ ਪੀਂਦੇ ਭੈਣ ਭਰਾਵਾਂ ਵਾਂਗੂੰ ਦੇਸਣ हिरਣਾ ਦੇ ਬੱਚੇ ਸਾਡੇ ਨਾਲ ਖੇਡਣ ਤੇ ਹਾਂਜੀ ਬੇਲ ਬੂਟੇ ਸਾਡੇ ਹੱਥਾਂ ਦੀ ਛੋਹ ਨੂੰ ਪਛਾਨਣ ਉਡੀਕਨ ਤੇ ਜੇ ਅਸੀਂ ਨਾ ਜਾਈਏ ਉਹਨਾਂ ਨੂੰ ਜਲ ਨਾ ਚੜਾਈਏ ਤਦ ਅਸੀਂ ਵੀ ਉਦਾਸ ਹੋਈਏ ਹਾਂਜੀ ਬੇਲ ਬੂਟੇ ਸਾਡੇ ਹੱਥਾਂ ਦੀ ਛੋਹ ਨੂੰ ਪਛਾਨਣ ਉਡੀਕਨ ਤੇ ਜੇ ਅਸੀਂ ਨਾ ਜਾਈਏ ਉਹਨਾਂ ਨੂੰ ਜਲ ਨਾ ਚੜਾਈਏ ਤਦ ਅਸੀਂ ਵੀ ਉਦਾਸ ਹੋਈਏ ਕਿੱਥੇ ਏ ਕੋਮਲ ਵਿਸ਼ਾਲ ਸਰਵ ਵਿਆਪਕ ਰਬੀ ਪਿਆਰ ਦੀ ਖਿੱਚ ਤੇ ਹਾਏ ਕਿੱਥੇ ਇਨਾਂ ਸ਼ਹਿਰਾਂ ਨਗਰਾਂ ਗਰਾਵਾਂ ਦੇ ਮਾਨੁੱਖ ਦੇ ਬੱਚਿਆਂ ਵਿੱਚ ਆਪੇ ਵਿੱਚ ਵੈਰ ਵਿਰੋਧ ਤੇ ਅਪੇਖਾ ਕਿੰਨੇ ਇਠਾਂਾਂ ਨਰਕੀ ਕੁੰਬੀਆਂ ਵਿੱਚ ਅਸੀਂ ਟੈਪੇ ਹਾਂ ਕਾਮ ਕ੍ਰੋਧ ਲੋਭ ਦੀਆਂ ਅੱਗਾਂ ਦਿਲ-ਦਿਲ ਦੇ ਘਰ ਕਰ ਲਗੀਆਂ ਹਨ ਚੰਗੇ ਚੰਗੇ ਧਰਮ ਵੀ ਸਾਡੇ ਹੱਥ ਆ ਅਸਾਂ ਕਿਹੇ ਵਿਗਾੜ ਕੇ ਕ੍ਰੂਪ ਬਣਾ ਰੱਖੇ ਹਾਂ ਹਾਂਜੀ ਚੰਗੇ ਚੰਗੇ ਧਰਮ ਵੀ ਸਾਡੇ ਹੱਥ ਆ ਅਸਾਂ ਕਿਹੇ ਵਿਗਾੜ ਕੇ ਕਰੂਪ ਬਣਾ ਰੱਖਿਆ ਸੁ ਹੁਣਪ ਸਾਨੂੰ ਕਿਧਰੇ ਦਿਸਦੀ ਨਹੀਂ ਸਾਡੀਆਂ ਅੱਖਾਂ ਗੰਦੀ ਗੰ ਤੱਕਦੀਆਂ ਹਨ ਆਦਮੀ ਮਾੜੇ ਹੀ ਮਾੜੇ ਤੇ ਚੋਰੀ ਚੋਰ ਦਿਸਦੇ ਹਨ ਵਿਸ਼ਵਾਸ ਸਿੱਧ ਕਿਧਰੇ ਬੈਂਦਾ ਹੀ ਨਹੀਂ ਏ ਸਤਗੁਰੂ ਜੀ ਸਾਨੂੰ ਇਸ ਸੂਰਜ ਚੜ੍ਹੇ ਵਿੱਚ ਹਨੇਰੇ થી ਬਚਾਓ ਏ ਲੋਕੋ ਕੀ ਤੁਸੀਂ ਇਸ ਨੂੰ ਸਭਿਅਤਾ ਕਹਿੰਦੇ ਹੋ ਕੀ ਤੁਸੀਂ ਆਪਣੇ ਆਪ ਨੂੰ ਬੁੱਧੀਮਾਨ ਤੇ ਚਤੁਰ ਜਾਣਦੇ ਹੋ ਕੀ ਤੁਸੀਂ ਆਪਣੇ ਆਪ ਨੂੰ ਸ਼ੁੱਧ ਪਵਿੱਤਰ ਤੇ ਚੰਗੇ ਜਾਣਦੇ ਹੋ ਚੰਗੇ ਚੀਰਾਂ ਦਾ ਨਾਂ ਤਾਂ ਚੰਗਾਈ ਨਹੀਂ ਚੰਗੇ ਇੱਟਾਂ ਦੇ ਬਣੇ ਸੋਨੇ ਦੇ ਬਣੇ ਬੰਦੀ ਖਾਨਿਆਂ ਦਾ ਨਾਂ ਤਾਂ ਸਭਿਅਤਾ ਨਹੀਂ ਹਾਂਜੀ ਚੰਗੇ ਚੀਰਾਂ ਦਾ ਨਾਂ ਤਾਂ ਚੰਗਿਆਈ ਨਹੀਂ ਚੰਗੇ ਇੱਟਾਂ ਦੇ ਬਣੇ ਸੋਨੇ ਦੇ ਸਣੇ ਬੰਦੀ ਖਾਨਿਆਂ ਦਾ ਨਾਂ ਤਾਂ ਸભ્યਤਾ ਨਹੀਂ ਬਸ ਤਾ ਟੂਟੀ ਝੌਂਪੜੀ ਚੀਰ ਸਭ ਛਿੰਨਾ ਜਾਤ ਨਾ ਪਤ ਨ ਆਦਰ ਉਦਿਆਨ ਪਰ ਮਿੰਨਾ ਮਿੱਤਰ ਨ ਇਠਦਨ ਰੂਪ ਹੀਣ ਕਿਛ ਸਾਖ ਨ ਸਿੰਨਾ ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾਮ ਮਨ ਪਿੰਨਾ ਤਿਸ ਕੀ ਧੂਰ ਮਨ ਉਧਰੈ ਪ੍ਰਭ ਹੋਏ ਸੋ ਪ੍ਰਸੰਗ ਜੋਗਿਰਦੀ ਅਗ ਲੱਗੀ ਹੋਈ ਹੈ ਰੂਹ ਸੜ ਰਹੀ ਹੈ ਅਚਰਜ ਹੈ ਕਿ ਬਿਨ ਰਬੀ ਠੰਡ ਦੇ ਲੋਕੀ ਕਿਵੇਂ ਜੀ ਰਹੇ ਹਨ ਸੱਚ ਪੁੱਛੋ ਤਾਂ ਤੋਂ ਸਾਡੇ ਸ਼ਹਿਰਾਂ ਦੇ ਬਾਗ ਬੂਟੇ ਤੇ ਬੇਲਾਂ ਹੂ ਬਹੂ ਵੈਸੀਆਂ ਹੀ ਰੋਗੀ ਹਨ ਜਿਹਾ ਕਿ ਇਹ ਸ਼ਹਿਰੀ ਲੋਕ ਸ਼ਹਿਰਾਂ થી ਨਸ ਕੇ ਜਦ ਹਿਮਾਲੇ ਆਦਿਕ ਤੇ ਕੁਮਾਰੇ ਠੰਡੇ ਰਬੀ ਬਨਾ ਵਿੱਚ ਫੇਰਾ ਵੱਜਦਾ ਹੈ ਤਦ ਪਤਾ ਲੱਗਦਾ ਹੈ ਕਿ ਸਾਡੇ ਖੋਟੇ ਕਰਮਾ ਕਰਕੇ ਸਾਡੇ ਸ਼ਹਿਰਾਂ ਦੀ ਧੂਪ ਛਾਂ ਹਵਾ ਦਿਨ ਰਾਤ ਬਾਗ ਬੂਟੇ ਸੜਕਾਂ ਰਾਹ ਘਰ ਬਾਹਰ ਸਭ ਗੰਦ ਨਾਲ ਭਰੇ ਪਏ ਹਨ ਇਹਨਾਂ ਇਲਾਹੀ ਸੁਚਿਆ ਬਨਾ ਵਿੱਚ ਜੀਉਂਦੀਆਂ ਰੂਹਾਂ ਨੂੰ ਮੁੜ ਰੱਬ ਦੇ ਗੀਤ ਦੀ ਪਿੰਕ ਪੈਂਦੀ ਹੈ ਮੁੜ ਮਦਮ ਮਦਰ ਧੂਏ ਰੰਗੀ ਪ੍ਰਭਾਤ ਦਾ ਪ੍ਰਕਾਸ਼ ਚੰਗਾ ਲੱਗਣ ਲੱਗਦਾ ਹੈ ਪੰਖੇਰੂ ਇਉਂ ਜਾਪਦੇ ਹਨ ਜਿਵੇਂ ਸਾਡੇ ਅੰਦਰ ਉਡਾਰੀਆਂ ਲੈੰਦੇ ਦਿਸਦੇ ਹਨ ਚੀੜਾਂ ਤੇ ਕੇਲੂ ਆਪਣੀ ਸੋਹਣੀ ਹਰਿਆਵਲ ਦੇ ਛੱਬੇ ਪਾਏ ਸਾਡੇ ਆਤਮਾ ਦੇ ਅੰਦਰ ਲਹਿਰਾਂ ਦੇ ਦਿਸਦੇ ਹਨ ਭਾਈ ਮੈਨੂੰ ਤਾਂ ਇਹਨਾਂ ਸਿੱਧੇ ਰੱਬੀ ਬਨਾਵੇ ਚਲਦਿਆਂ ਚਲਦਿਆਂ ਭੁਲੇਖਾ ਲੱਗ ਜਾਂਦਾ ਹੈ ਕਿ ਹੈ ਇਹ ਮੇਰੀ ਆਤਮਾ ਦਾ ਬਾਹਰ ਹੈ ਜਾਂ ਅੰਦਰ ਹੈ ਇਹ ਸਭ ਕੁਝ ਮੇਰੇ ਅੰਦਰ ਹੋ ਗਿਆ ਹੈ अथवा ਮੈਂ ਹੀ ਬਾਹਰ ਹੋ ਗਿਆ ਹਾਂ ਕੇਲ ਦੇ ਤੰਨੇ ਨੂੰ ਹੱਥ ਲਾਇਆ ਇਉਂ ਜਾਪਦਾ ਹੈ ਜਿਵੇਂ ਮੈਂ ਆਪਣੇ ਕਿਸੇ ਅੰਗ ਨੂੰ ਹੱਥ ਲਾਇਆ ਹੈ ਘਾ ਤੇ ਲੇਟਿਆ ਸੂਰਜ ਦੀ ਰੋਸ਼ਨੀ ਆਣ ਕੇ ਜਫੀਆਂ ਮਾਰ ਲੈਂਦੀ ਹੈ ਤੇ ਗਲਵਕੜੀ ਪਾਏ ਅਸੀਂ ਇਉਂ ਸਤਗੁਰਾਂ ਦੇ ਭਜਨ ਗਾਉਂਦੇ ਜਾਂਦੇ ਹਾਂ ਜਿਵੇਂ ਅਸੀਂ ਦੋਵੇਂ ਭੈਣ ਭਰਾ ਹੁੰਦੇ ਹਾਂ ਬੇਲ ਬੂਟੇ ਸਾਰੇ ਸਤਸੰਗੀ ਜਾਪਦੇ ਹਨ ਪੰਖੇਰੂ ਮਨ ਦੇ ਵਿਚਾਰਾ ਵਾਂਗ ਅੰਦਰ ਹੀ ਅੰਦਰ ਗਾਉਂ ਦੇ ਤੇ ਉਡਾਰੀਆਂ ਮਾਰਦੇ ਉਹ ਉੱਡੇ ਉਹ ਬੈਠੇ ਉਹ ਕਿਸੇ ਕੋਮਲ ਟਹਿਣੀ ਉੱਤੇ ਝੂਲਣਾ ਝੂਲਣ ਲੱਗੇ ਕੀ ਦੱਸਾਂ ਵੱਡੇ ਵੱਡੇ ਕਲਕੱਤੇ ਜੇ ਸ਼ਹਿਰਾਂ ਦੇ ਈਡਨ ਗਾਰਡਨ ਇਹਨਾਂ ਬੰਨਾਂ ਦੇ ਮੁਕਾਬਲੇ ਤੇ ਹੋ ਜਾਪਦੇ ਹਨ ਜਿਵੇਂ ਬਿਰਖਾਂ ਦਾ ਹਸਪਤਾਲ ਹੋਵੇ ਕੁਝ ਬਿਮਾਰੀ ਦੀ ਪੀਲਤਣ ਤੇ ਮੌਤ ਦੇ ਰੰਗ ਲੈ ਇਹ ਸ਼ਹਿਰੀ ਲੋਕਾਂ ਦੇ ਬਾਖ ਖੜੇ ਹਨ ਬਾਗਾਂ ਵਿੱਚ ਕੋਈ ਜੀਵ ਦਾ ਧਾਤ ਵਾਂਗੂ ਖੜਕਦਾ ਵਜਦਾ ਦਿਲ ਨਹੀਂ ਬੰਦੀਖਾਨੇ ਤੇ ਹਸਪਤਾਲਾਂ ਦੇ ਨਜ਼ਾਰੇ ਹਨ ਕਿਵੇਂ ਉੱਥੇ ਜੀਵ ਵਾਲਿਆਂ ਦਾ ਦਿਲ ਲੱਗੇ ਹਾਂਜੀ ਬਾਹ ਉਹ ਅੱਛੇ ਹੋਵਨ ਜਿਨ੍ਹਾਂ ਵਿੱਚ ਮਨੁੱਖ ਨੇ ਆਪਣੇ ਅੰਦਰ ਦੀ ਸੋਣਪ ਤੇ ਜੀਵਨ ਦੇ ਰੰਗ ਮਿਲਾ ਕੇ ਬਨ ਹੀ ਲਿਆ ਖੜੇ ਕੀਤੇ ਹੋਣ ਜਾਂ ਬਨਾਂ ਵਿੱਚ ਜਾ ਕੇ ਆਪਣੇ ਪਿਆਰ ਦੀ ਖਿੱਚ ਪਾ ਬਾਗ ਬਣਾਏ ਹੋਣ ਅੱਜਕੱਲ੍ਹ ਅਗਰ ਕਿਸੇ ਦੇਸ਼ ਵਿੱਚ ਇਸ ਦੇਵੇ ਆਰਟ ਕੋਮਲ ਹੁਨਰ ਪ੍ਰੀਤ ਮੂਰਤਾਂ ਦਾ ਕੁਝ ਪ੍ਰਭਾਵ ਹੈ ਤਾਂ ਜਾਪਾਨ ਵਿੱਚ ਜਾਪਾਨੀ ਲੋਕ ਆਪਣੇ ਬਾਗਾਂ ਨੂੰ ਇਉਂ ਸਵਾਰਿਆ ਸਵਾਰਿਆ ਰੱਖਦੇ ਹਨ ਕਿ ਤੁਸੀਂ ਅੰਤਰ ਨਹੀਂ ਕਰ ਸਕਦੇ ਕਿ ਆਇਆ ਇਹ ਬਾਗ ਹੈ ਜਾਂ ਬਨ ਕੁਦਰਤੀ ਹੈ ਜਮਾਲੀ ਦਾ ਲਾਇਆ ਬਾਗਾਂ ਵਿੱਚ ਉਹ ਰਾਹ ਕਿਹੇ ਕੋਜੇ ਹਨ ਜਿਹੜੇ ਕੋਈ ਤਾਂ ਚੁਰੰਗੀ ਨੂੰ ਗਿਆ ਤੇ ਕੋਈ ਟਾਊਨ ਹਾਲ ਨੂੰ ਤੇ ਕੋਈ ਕਿਸੇ ਮਕਾਨ ਨੂੰ ਤੇ ਕੋਈ ਕਿਸੇ ਨੂੰ ਹਾਂ ਭਾਈ ਰਾਹ ਉਹ ਸੁੰਦਰ ਹਨ ਜਿਹੜੇ ਚੱਲਣ ਸੋਹਣਪ ਦੇ ਪਿਆਰ ਏ ਰੱਬ ਦੇ ਸੰਤ ਜਦ ਕਿਸੇ ਸੋਹਣੀ ਚੀਜ਼ ਨੂੰ ਤੱਕਦੇ ਹਨ ਤਦ ਉਛਾਲਾ ਖਾਂਦੇ ਹਨ ਹਾਂਜੀ ਸੋਹਣਪ ਦੇ ਪਿਆਰੇ ਰਬ ਦੇ ਸੰਤ ਜਦ ਕਿਸੇ ਸੋਹਣੀ ਚੀਜ਼ ਨੂੰ ਤੱਕਦੇ ਹਨ ਤਦ ਉਛਾਲਾ ਖਾਂਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ